एडीजीपी साहब ने जो ब्रीफिंग दी थी उस तो अलावा जिहड़े आ जो द्वारा फोरेंसिक टीम ने सर्च की है AK-47 दे सानू 31 जिहड़े राउंड मिले हैं उहदी 47 दी रिकवर हुई है उह ब्रश दे उत्ते उहने कीती हुई सी। उस तो अलावा एक सानू टैरस दा USA मेड पिस्टल 45 बोर रिकवर होया और दो मैगजीन जिहड़े उह एक्स्ट्रा रिकवर होए जो एडीजीपी साहब ने दस्सिया सीगा। बाकी साडे जिहड़े फोरेंसिक टीम राती नेरा होण करके साडे तो पूरी इहदी जिहड़ी जानकारी हासिल नहीं हो सकी। हुण साडी फोरेंसिक टीम इत्थे आई है और सानू इत्थे तकरीबन सारी डिटेल लैण दे विच घट्टो घट्ट मैं मीडिया नूं रिक्वेस्ट करूंगा एक तो दो दिन लगने ने असीं एरिया सील रखांगे। और इस तो अलावा कोई ताड़ा क्वेश्चन है तो मैं दस सकता उसे मेरी बेनती है अभी हजे नहीं जानते उतो दो पिस्टल एक 45 बोर का एक 9mm का पिस्टल रिकवर होया एक AK-47 रिकवर हुई है। सर पता लग पाया कि इन्होंने कौन सी AK-47 जी है वह अजे अभी सारा चैक कर रहे हैं अज सू सारी डिटेल यदि मिल रही है तुम अभी कन्वे कर सर यह पता लग पाया कि इन्होंने कौन इस जगह की जानकारी दे रहा इस जगह का पता कि लगता सानू एक्चुअली पता लगे कि गड्डी इन्होंने इतने छड़ के गई सी जिदी असि कोशिश कर रहे हैं जो ਸਾਡੀ ਫੋਲੋ ਟੀਮ ਸੀਗੀ ਉਹ ਕੋਸ਼ਿਸ਼ ਕਰ ਰਹੇ ਹਾਂ ਛੇਤੀ ਪੇਸ਼ ਕਰ ਬੈਗ ਦੇ ਵਿੱਚੋਂ ਕੀ ਮਿਲਿਆ ਜਿਹੜਾ ਬੈਗ ਕਹਿੰਦੇ ਬੈਗ ਦੇ ਵਿੱਚ ਇਹਨਾਂ ਦਾ ਐਮੂਨੇਸ਼ਨ ਕਾਫੀ ਸੀਗਾ ਜੋ ਇਹਨਾਂ ਨੇ ਚਲਾਇਆ ਵੀ ਹੈ ਔਰ ਕੁਛ ਉਤੋਂ ਸਾਨੂੰ ਜਿੰਦਾ ਕਾਰਤੂਸ ਮਿਲੇ ਕੁਛ ਇਹਨਾਂ ਦੇ ਕੱਪੜੇ ਸੀਗੇ ਔਰ ਕੁਛ ਚ ਸੀਗੇ ਔਰ ਕੁਛ ਚ ਇਹੋ ਜਿਹੀਆਂ ਸਾਨੂੰ ਚੀਜ਼ਾਂ ਮਿਲੀਆਂ ਜੋ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਅਸੀਂ ਜੀ ਵੈਰੀਫਾਈ ਕਰ ਰਹੇ ਹਾਂ ਸਾਡੇ ਨਾਲ ਮੇਨ ਮੁੱਦਾ ਹੈਗਾ ਇਹਨਾਂ ਦਾ ਮੋਬਾਈਲ ਬਰਾਮਦ ਹੋਇਆ ਸਾਹਮਣੇ ਦੇਖ ਕੇ ਕੋਈ ਮੋਬਾਈਲ ਬਰਾਮਦ ਹੋਇਆ ਮੋਬਾਈਲ ਸਰ ਇਹਦੇ ਵਿੱਚ ਸਾਨੂੰ ਹਜੇ ਤੱਕ ਜਿਹੜਾ ਇੱਕ ਮੋਬਾਈਲ ਟੁੱਟਿਆ ਹੋਇਆ ਮੋਬਾਈਲ ਮਿਲਿਆ ਆ ਜਿਸ ਨੂੰ ਅਸੀਂ ਫੋਰੈਂਸਿਕ ਟੀਮ ਸਾਡੀ ਕਬਜ਼ੇ 'ਚ ਲੈ ਰਹੀ ਹੈ ਔਰ ਉਹਨੂੰ ਅੱਗੇ ਵਰਤੀ ਕਰ ਕਿੰਨੀਆਂ ਬੁਲੇਟ ਟੋਟਲ ਚੱਲੀਆਂ ਸਰ ਇਹ ਸਾਰਾ ਹਜੇ ਫੋਰੈਂਸਿਕ ਟੀਮ ਦੇਖ ਰਹੀ ਹੈ ਰਾਤੀ ਅਸੀਂ ਨੇਰਾ ਹੋਣ ਕਰਕੇ ਦੇਖਿਆ ਨਹੀਂ ਸੀ ਏਰੀਆ ਸੀਲ ਕਰਤਾ ਸੀਗਾ ਹੁਣ ਸਾਡੀ ਫੋਰੈਂਸਿਕ ਟੀਮ ਬੋਲੋ ਸਰ ਪਹਿਲਾਂ ਬਹੁਤ ਜਾਣਕਾਰੀ ਆਈ ਸੀ ਕਿ 4 ਬੰਦੇ ਇਸ ਘਰ ਦੇ ਵਿੱਚ ਮੌਜੂਦ ਨੇ 4.5 ਘੰਟੇ ਜਿਹੜੀ ਆਪਸੀ ਆਮਨੇ ਸਾਹਮਣੇ ਫਾਇਰਿੰਗ ਹੋਈ ਹੈ ਕਾਫੀ ਸਮਾਂ ਲੱਗਿਆ ਦੋ ਗੈਂਗਸਟਰ ਨੂੰ ਕਾਬੂ ਕਰਨ ਦੇ ਵਿੱਚ ਐਕਚੁਅਲੀ ਜੋ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਇਹਨਾਂ ਕੋਲ ਗ੍ਰਨੇਡ ਵਗੈਰਾ ਹੋਣ ਕਰਕੇ ਔਰ ਅਸੀਂ ਕਾਫੀ ਕੋਸ਼ਿਸ਼ ਕੀਤੀ ਇਹਨਾਂ ਨੂੰ ਸਰੈਂਡਰ ਕਰਾਉਣ ਦੀ ਜਿਹਦੇ ਵਿੱਚ ਸਾਡਾ ਕਾਫੀ ਟਾਈਮ ਲੱਗਿਆ ਅਸੀਂ ਚਾਹੁੰਦੇ ਸੀਗੇ ਵੀ ਇਹਨਾਂ ਨੂੰ ਸਾਡੇ ਕੋਲ ਜਿੰਦਾ ਫੜੇ ਜਾਂਦੇ ਇਸ ਕਰਕੇ ਸਾਡੀ ਟੀਮਾਂ ਦਾ ਪਹਿਲਾਂ ਜ਼ੋਰ ਇਹੀ ਹੁੰਦਾ ਵੀ ਜਿੰਦਾ ਫੜੇ ਜਾਣ ਪਰ ਜਦੋਂ ਉਹਨਾਂ ਨੇ ਫਾਇਰਿੰਗ ਰੋਕੀ ਨਹੀਂ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਉਹ ਦੋਨੋਂ ਮਾਰੇ ਗਏ ਔਰ ਜਿਹੜੇ ਬੰਦੇ ਜਿਹੜੇ ਫਰੋਮ ਵੈਰੀ ਫਸਟ ਟਾਈਮ ਜਦੋਂ ਅਸੀਂ ਘੇਰਾ ਪਾਇਆ ਸੀ ਉਸ ਤੋਂ ਬਾਅਦ ਦੋ ਹੀ ਸੀਗੇ ਕੋਈ ਬੰਦਾ ਉੱਥੋਂ ਭੱਜਿਆ ਨਹੀਂ ਗਾ ਬਾਅਦ ਦੇ ਵਿੱਚ ਦੋਨੋਂ ਸੀ ਦੋਨੋਂ ਦੇ ਦੋਨੋਂ ਮਾਰੇ ਸਭ ਕੋਈ ਨਸ਼ਾ ਬਰਾਮਦ ਹੋਇਆ ਕੋਈ ਨਸ਼ਾ ਕਰਦੇ ਸੀਗੇ ਇਹ ਕਿ ਇਹ ਸਾਹਮਣੇ ਆਇਆ ਸੀਗਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਉਹ ਸਾਹਮਣੇ ਵਿੱਚ ਸੀਗੇ ਸਾਰੇ ਐਕਚੁਅਲੀ ਸਾਨੂੰ ਉੱਥੋਂ ਕੁਝ ਗੋਲੀਆਂ ਮਿਲੀਆਂ ਜਿਹਦੀ ਫੋਰੈਂਸਿਕ ਟੀਮ ਸਾਡੀ ਸਰਚ ਕਰ ਰਹੀ ਹੈ ਉਹ ਦੇਖਾਂਗੇ ਅਸੀਂ ਕਾਹਦੀਆਂ ਨੇ ਉਹ ਪੋਸਟਮਾਰਟਮ ਬਾਅਦ ਹੀ ਕੀਤਾ ਜਾਏਗਾ ਜੀ ਪੋਸਟਮਾਰਟਮ ਲਈ ਬੋਡੀਆਂ ਉੱਥੇ ਭੇਜਦੀਆਂ ਸੀਗੀਆਂ ਰਾਤ ਨੂੰ ਅਸੀਂ ਅੱਜ ਹੋਏਗਾ ਜਿਹਨੇ ਕੁਝ ਦਿਨਾਂ ਤੋਂ ਰਹਿ ਰਹੇ ਸੀ ਕੁਝ ਇਸ ਗੱਲ ਆਏ ਥੇ ਇਸੀ ਲੋਕੇਸ਼ਨ ਤੇ ਕਿਉਂ ਆਏ ਥੇ ਰਹਿਣੇ ਇਸ ਪਾਕਿਸਤਾਨ ਜਾਣ ਦਾ ਕੋਈ ਨਹੀਂ ਅਭੀ ਇਸ ਕੇ ਬਾਰੇ ਮੈਂ ਕੁਝ ਨਹੀਂ ਸਰ ਪਾਕਿਸਤਾਨ ਪਾਕਿਸਤਾਨ ਦਾ ਕੋਈ ਲਿੰਕ ਜੁੜਿਆ ਜਾ ਰਿਹਾ ਹੈ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਇਸ ਲੋਕੇਸ਼ਨ ਤੇ ਕਿੰਨੇ ਦਿਨਾਂ ਤੋਂ ਜਾਲੀ ਕੋਈ ਜਾਲੀ ਪਾਸਪੋਰਟ ਬਰਾਮਦ ਹੋਇਆ ਹੈ ਜਾਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਾਲੀ ਪਾਸਪੋਰਟ ਬਣਾਉਣ ਦੀ ਫਰਾਕ ਵਿੱਚ ਇਹਨਾਂ ਕੋਲ ਐਵੇਂ ਡਾਕੂਮੈਂਟ ਕੋਈ ਗਾਰੰਟੀ ਜਿਹੜੀ ਉਹ ਨਹੀਂ ਕਿੰਨੇ ਦਿਨਾਂ ਤੋਂ ਸੀਗੇ ਸਰ ਇਸ ਲੋਕੇਸ਼ਨ ਤੇ ਕੁਝ ਇਹ ਕੱਲ ਦਾ ਹੀ ਸਾਨੂੰ ਪਤਾ ਲੱਗਾ ਕੱਲ ਹੀ ਇੱਥੇ ਆਏ ਸੀ ਜਿਹੜੇ ਰੌਂਦ ਮਿਲੇ ਸਰ ਉਹ ਕਿੱਥੋਂ ਦੇ ਬਣੇ ਹੋਏ ਨੇ ਕੁਝ ਪਤਾ ਲੱਗੇ ਜਿਹੜੇ ਉਹ ਅਸੀਂ ਵੈਰੀਫਾਈ ਉਹ ਫੋਰੈਂਸਿਕ ਟੀਮ ਸਾਨੂੰ ਰਿਪੋਰਟ ਦੇਗੀ ਉਸ ਤੋਂ ਬਾਅਦ ਪਤਾ ਕਰੂੰਗਾ ਵੀ ਤੁਸੀਂ ਹੁਣ ਪਲੀਜ਼ ਮਤਲਬ ਕਿ ਅਸੀਂ ਤੁਹਾਨੂੰ ਦੋ ਦਿਨ ਲਈ ਉੱਥੇ ਨਹੀਂ ਜਾਣ ਦੇ ਸਕਦੇ ਬਾਕੀ ਮੈਂ ਆਫਿਸਰ ਜਿਸ ਤਰ੍ਹਾਂ ਕਹਿਣਾ।